ਮਜ਼ਦੂਰ ਤੇ ਕਿਸਾਨ ਇੱਕ ਨਾ ਹੋ ਜਾਣ ਜੀ। ਮਜ਼ਦੂਰਾਂ ਨੂੰ ਕਹਿਣਾ ਵੀ ਤੁਹਾਨੂੰ ਇਹ ਦਿਹਾੜੀ ਨਹੀਂ ਦਿੰਦੇ। ਉਹਨਾਂ ਦੀ ਵੱਡੀ ਜਿਹੜੀ ਦੁਸ਼ਮਣ ਜਮਾਤ ਹੈ ਉਹ ਪੜਦੇ ਪਿੱਛੇ ਰਹਿ ਕੇ ਇਹਨਾਂ ਨੂੰ ਆਪ 'ਚ ਪੜਿਆ ਕੇ ਪਾੜ ਕੇ ਰਾਜ ਕਰਨ ਦਾ ਜਿਹੜਾ ਪੈਂਤਰ ਹੈ ਇਹ ਸਦੀਆਂ ਤੋਂ ਇਹ ਚੱਲਿਆ। ਕਿਉਂਕਿ ਇਹਨਾਂ ਦੇ ਸਾਧਨਾਂ ਦੇ ਇਹਨਾਂ ਦੇ ਕਬਜ਼ਾ ਹੈ, ਉਹਨਾਂ 'ਚ ਬੜਾ ਪ੍ਰਚਾਰ ਕਰਦੇ ਨੇ ਜ਼ੋਰ ਨਾਲ। ਕਦੇ ਹਿੰਦੁਸਤਾਨ ਦਾ ਹਿੰਦੂ ਪਤਾ ਚਲਾ ਦਿੰਦੇ ਨੇ, ਕਦੇ ਖਾਲਿਸਤਾਨੀ ਪਤਾ ਚਲਾ ਦਿੰਦੇ ਨੇ, ਕਦੇ ਕੋਈ ਪਤਾ ਚਲਾਉਂਦੇ ਨੇ, ਕਦੇ ਜਾਤਾਂ ਦਾ ਰਿਜ਼ਰਵੇਸ਼ਨ ਦਾ ਪਤਾ ਚਲਾ ਦਿੰਦੇ ਨੇ, ਕਦੇ ਪਾਣੀਆਂ ਦੀ ਵੰਡ ਦਾ ਕਰਦੇ, ਕਦੇ ਦਰਿਆਈ ਇਲਾਕਿਆਂ ਨਾਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਕਦੇ ਪਾਕਿਸਤਾਨ ਬਣਾਤਾ, ਕਦੇ ਬੰਗਲਾਦੇਸ਼ ਬਣਾਤਾ। ਇਹ ਜਿਹੜੀਆਂ ਪੱਤੇ ਚੱਲਦੇ ਨੇ ਹਾਕਮਾਂ ਦੇ ਹਮੇਸ਼ਾ, ਇਹ ਸਿਰਫ ਮਨੁੱਖਤਾ ਦਾ ਘਾਣ ਵੀ ਕਰਾਉਂਦੇ ਆ ਜੀ, ਉਹਨਾਂ ਦੀ ਆਪਸ ਭਾਈਚਾਰਕ ਸਾਂਝ ਨੂੰ ਵਿਗਾੜਦੇ ਆ ਜੀ, ਤੇ ਉਹਨਾਂ ਦੀ ਕੀਤੀ ਹੋਈ ਕਿਰਤ ਨੂੰ ਲੁੱਟ ਨੂੰ ਬਰਕਰਾਰ ਰੱਖਣ ਦੀ ਖਾਤਰ ਸਾਰਾ ਕੁਛ ਕਰਦੇ ਆ ਜੀ। ਇਹ ਅੱਜ ਦਾ ਨਹੀਂ, ਇਹ ਬਹੁਤ ਚਿਰ ਤੋਂ ਚੱਲਦਾ।